ਇਕਸ ਵਲ ਬਾਰ-ਬਾਰ ਪੁੱਛਿਆ ਜਾ ਰਿਹਾ ਹੈ ਜਿਹੜੇ ਵਿਦਿਆਰਥੀਆਂ ਦਾ ਰਿਜ਼ਲਟ ਗ੍ਰੈਜੂਏਸ਼ਨ ਦਾ ਨਹੀਂ ਆਇਆ ਬੇਸ਼ੱਕ ਕਈਆਂ ਦਾ 5th ਸੈਮ ਦਾ ਵੀ ਨਹੀਂ ਆਇਆ ਔਰ 6th ਸੈਮ ਦਾ ਨਹੀਂ ਆਇਆ ਔਰ ਪੋਸਟ ਗ੍ਰੈਜੂਏਸ਼ਨ ਦਾ ਕਈਆਂ ਦਾ ਰਿਜ਼ਲਟ ਨਹੀਂ ਆਇਆ ਉਹ ਇਹ ਚਿੰਤਾ ਕਰ ਰਹੇ ਨੇ ਕਿ ਉਹਨਾਂ ਨੇ ਮਾਰਕਸ ਫਿਲ ਕਰਨੇ ਹਨ ਜਾਂ ਨਹੀਂ ਮੈਂ ਇਹ ਦੱਸ ਦਿਆਂ ਕਿ ਉਹਨਾਂ ਨੂੰ ਸਪੈਸ਼ਲ ਉਹਨਾਂ ਲਈ ਪੋਰਟਲ ਓਪਨ ਹੋਏਗਾ 5 ਤੋਂ 15 ਅਗਸਤ ਦੇ ਵਿੱਚ ਉਹਨਾਂ ਲਈ ਪੋਰਟਲ ਓਪਨ ਹੋਏਗਾ ਤੇ ਉਦੋਂ ਜਿਹੜੇ ਮਾਰਕਸ ਉਹਨਾਂ ਦੇ ਆਣਗੇ ਉਦੋਂ ਉਹ ਫਿਲ ਕਰ ਸਕਦੇ ਨੇ ਯੂਨੀਵਰਸਿਟੀ ਨੇ ਸਿਰਫ ਇਹ ਦੇਖਣਾ ਹੈ ਕਿ ਜਿਹੜੀ ਐਲੀਜੀਬਿਲਟੀ ਹੈ ਗ੍ਰੈਜੂਏਸ਼ਨ ਵਿੱਚੋਂ ਜਨਰਲ ਕੈਟਾਗਰੀ ਦੀ 50% ਤੇ ਰਿਜ਼ਰਵ ਕੈਟਾਗਰੀ ਦੀ 45% ਜੇ ਇਹ ਨਿਬੰਧੀ ਤਾਂ ਪੋਸਟ ਗ੍ਰੈਜੂਏਸ਼ਨ ਜੋ ਦੇਖੀ ਜਾਏਗੀ ਇਹ ਹੀ ਐਲੀਜੀਬਿਲਟੀ ਬਣਦੀ ਹੈ ਕਿ ਨਹੀਂ ਸੋ ਉਹਨਾਂ ਵਿਦਿਆਰਥੀਆਂ ਨੇ ਚਿੰਤਾ ਨਹੀਂ ਕਰਨੀ ਜਿਨ੍ਹਾਂ ਦੇ ਰਿਜ਼ਲਟ ਹਜੇ ਨਹੀਂ ਆਏ ਤੁਸੀਂ ਇੰਟਰਸਟਸ ਦੀ ਤਿਆਰੀ ਕਰੋ ਔਰ ਜਿਹੜਾ ਜਦੋਂ ਇਹ ਡੇਟ ਆਏਗੀ ਉਦੋਂ ਤੁਸੀਂ ਆਪਣੇ ਰਿਜ਼ਲਟ ਨੂੰ ਅਪਡੇਟ ਕਰ ਦੇਣਾ ਹੈ ਹੇ ਵੀ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਕਈਆਂ ਦੇ ਰਿਜ਼ਲਟ ਆਣ ਤੇ ਪ੍ਰੋਬੈਬਿਲਟੀ ਹੈ ਕਿ ਇਸ ਡੇਟ ਨੂੰ ਫਿਰ ਐਕਸਟੈਂਡ ਕਰ ਦਿੱਤਾ ਜਾਵੇ ਥੈਂਕ ਯੂ ਡਾਕਟਰ ਤੀਰਤ ਸਿੰਘ ਲਾਂਟ ਵਰਚਲਾਈਜ਼